भुल्लर साहब की। देखिए जी, ऐसा है, ये बड़ा सेंसिटिव मामला है, इसके ऊपर अकाली दल वाले गंदी राजनीति कर रहे हैं। कोई भी अकाली दल वाले है नहीं, ये आप ढक रहे अकाली दल वाले पास, गल वक्री है। पर साडा बादल दल दे नाल कोई संबंध नहीं है, ना वोटा दे नाल संबंध है। ये एदा एक सियासी वोट राजनीति के तहत उहदे पै हेठ दिता होया बयान है, होर कुछ। ये मामला एक कमेटी है, सेंटेंस रिव्यू बोर्ड, SRB। SRB के अंदर जज भी होते हैं, पुलिस ऑफिसर्स होते हैं, सेक्रेटरीज होते हैं, वो एक कई लोगों की कमेटी होती है। ये कमेटी अपनी डेलिब्रेशंस करके वो निर्णय देती है, इसमें जैसे मैंने बताया जज भी होते हैं, इसमें मेरी कुछ नहीं चलती। तो जी सेंटेंस रिव्यू बोर्ड है, वो पहली बार किसी आम आदमी पार्टी वाले दे मुंह सुनिया, जिसने मनिया भी हाँ ये सेंटेंस रिव्यू बोर्ड ने करना है। पर इन्होंने सेंटेंस रिव्यू बोर्ड बारे जो अद्धा अधूरा ਅਸੈਪਟੈਂਸ ਕੀਤੀ ਆ ਤੇ ਅੱਧਾ ਝੂਠ ਬੋਲਿਆ। ਸੋ ਤੁਸੀਂ ਕਹੋ ਤੇ ਮੈਂ ਉਹ ਦੱਸ ਦਿੰਦਾ ਵੀ ਇਹਨੇ ਕਿੰਨਾ ਕੁ ਝੂਠ ਬੋਲਿਆ, ਕਿੰਨਾ ਕੁ ਸੱਚ ਬੋਲਿਆ। ਲੇਕਿਨ ਮੈਨੇ ਕਿਹਾ ਜੋ ਵੀ ਹੈ ਜਿਤਨੀ ਜਲਦੀ ਸੇ ਜਲਦੀ ਮੀਟਿੰਗ ਕਰਾ ਕੇ ਔਰ ਜੋ ਵੀ ਨਿਰਣੈ ਹੋਤਾ ਹੈ ਇਸ ਕਮੇਟੀ ਕਾ ਉਹ ਨਿਰਣੈ ਤੁਰੰਤ ਐਲਜੀ ਸਾਹਿਬ ਕੇ ਪਾਸ ਪੁੱਟ ਅਪ ਕਰੋ, ਤੋ ਜੋ ਵੀ ਨਿਰਣੈ ਹੋਗਾ ਮੈਂ ਆਪ ਲੋਗੋਂ ਕੋ ਬਤਾ ਦੂੰਗਾ ਜਲਦੀ। ਅਗਲੀ ਗੱਲ ਉਹਨਾਂ ਨੇ ਇਹ ਗੱਲ ਕਹਿਤੀ ਵੀ ਇਹ ਐਲਜੀ ਨੇ ਫਾਈਨਲ ਨਿਰਣੈ ਲੈਣਾ, ਫਾਈਨਲ ਨਿਰਣੈ ਨਹੀਂ ਲੈਣਾ, ਉਹਨਾਂ ਨੇ ਸਾਈਨ ਕਰਨੇ ਆ। ਤੁਸੀਂ ਕੀ ਉਮੀਦ ਰੱਖਦੇ ਹੋ ਜੇਕਰ ਇਹ 2-4 ਦਿਨ ਦੇ ਵਿੱਚ ਸਿਗਨੇਚਰ ਹੋ ਜਾਂਦੇ ਆ ਤਾਂ ਭੁੱਲਰ ਸਾਹਿਬ ਦੀ ਰਿਹਾਈ ਤੁਰੰਤ ਹੋ ਸਕਦੀ ਹੈ ਜੀ? ਹੈਲੋ, ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸਰਦਾਰ ਜਸਪਾਲ ਸਿੰਘ ਜੀ, ਮਨਪੁਰ। ਹਾਂਜੀ ਮਨਪੁਰ ਸਾਹਿਬ, ਅੱਜ ਤੋਂ ਥੋੜੇ ਦਿਨ ਪਹਿਲੇ ਤੁਹਾਡੇ ਨਾਲ ਮੇਰੀ ਇੱਕ ਇੰਟਰਵਿਊ ਦੌਰਾਨ ਤੁਸੀਂ ਦੋਸ਼ ਲਾਇਆ ਸੀ ਵੀ ਕੇਜਰੀਵਾਲ ਰਿਹਾਈ ਨਹੀਂ ਹੁੰਦੇ ਰਿਹਾ ਭੁੱਲਰ ਸਾਹਿਬ ਦੀ। ਹਾਂਜੀ, ਅੱਜ ਉਹਨਾਂ ਦੀ ਇੱਕ ਸਟੇਟਮੈਂਟ ਆਈ ਆ, ਉਹ ਦੱਸਦੇ ਪਏ ਆ ਵੀ ਇਹ ਤਾਂ ਅਕਾਲੀ ਦਲ ਵਾਲੇ ਰਾਜਨੀਤੀ ਕਰਦੇ ਆ। ਹੁਣ ਮੰਨਿਆ ਜਾਵੇ ਵੀ ਤੁਸੀਂ ਵੀ ਅਕਾਲੀ ਦਲ ਦੇ ਨਾਲ ਮਿਲੇ ਹੋਏ ਸੀ ਜਾਂ ਫਿਰ ਕੇਜਰੀਵਾਲ ਸਾਹਿਬ ਝੂਠ ਬੋਲਦੇ ਆ? ਦੇਖੋ ਜੀ, ਉਹ ਕਈ ਪੱਖਾਂ ਤੋਂ ਗੱਲ ਕੀਤੀ ਆ ਤੁਹਾਡਾ, ਜਿਹੜਾ ਪਹਿਲਾਂ ਉਹਨੇ ਇਹੀ ਕਿਹਾ ਵੈਸੇ ਅਕਾਲੀ ਦਲ ਵਾਲੇ ਗੰਦੀ ਰਾਜਨੀਤੀ ਕਰ ਰਹੇ ਆ। ਬਿਲਕੁਲ, ਜਿਹੜਾ ਅਕਾਲੀ ਦਲ ਆ ਉਹ ਨੀ ਕਦੀ ਵੀ ਗੰਦੀ ਰਾਜਨੀਤੀ ਕਰਦਾ, ਇਹ ਬਾਦਲ ਦਲ ਵਾਲੇ ਕਰਦੇ ਹੋਣ ਜਾਂ ਉਹਦੀ ਵੋਟ ਰਾਜਨੀਤੀ ਦੇ ਵਿੱਚ ਉਹਨਾਂ ਲੜਾਈ ਆ ਤੇ ਉਹ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਲਾ ਸਕਦੇ ਆ। ਅਸੀਂ ਕੋਈ ਵੋਟਾਂ ਵਾਲੀ ਪਾਰਟੀ ਨਹੀਂ ਹੈਗੇ, ਨਾ ਪੰਜਾਬ ਦੇ ਲੋਕ ਜਾਂ ਸਿੱਖ ਸੰਗਤਾਂ ਜਾਂ ਵਰਲਡ ਵਾਈਡ ਜਿਹੜੀ ਇੱਕ ਮੁਹਿੰਮ ਬਣੀ ਆ ਭੁੱਲਰ ਸਾਹਿਬ ਦੇ ਰਿਹਾਈ ਵਾਸਤੇ, ਉਹ ਕੋਈ ਵੀ ਅਕਾਲੀ ਦਲ ਵਾਲੇ ਹੈ ਨਹੀਂ ਨੇ। ਇਹ ਆਪ ਧੱਕ ਰਿਹਾ ਅਕਾਲੀ ਦਲ ਵਾਲੇ ਪਾਸੇ, ਤਾਂ ਗੱਲ ਵੱਖਰੀ ਆ। ਪਰ ਸਾਡਾ ਬਾਦਲ ਦਲ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ, ਨਾ ਵੋਟਾਂ ਦੇ ਨਾਲ ਸੰਬੰਧ ਆ। ਇਹ ਇਹਦਾ ਇੱਕ ਸਿਆਸੀ ਵੋਟ ਰਾਜਨੀਤੀ ਦੇ ਤਹਿਤ ਉਹਦੇ ਭੈ ਹੇਠ ਦਿੱਤਾ ਹੋਇਆ ਬਿਆਨ ਆ, ਹੋਰ ਕੁਛ ਨਹੀਂ। ਪਰ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਵੀ ਉਹ ਸਾਡੇ ਹੱਥ ਕੁਛ ਨਹੀਂ ਹੈ, ਇਹ ਤਾਂ ਪੁਲਿਸ ਪ੍ਰਸ਼ਾਸਨ ਤੇ ਕਾਨੂੰਨੀ ਪ੍ਰਕਿਰਿਆ ਜਿਹੜੀ ਹੈ ਸੈਂਟਰ ਸਰਕਾਰ ਦੇ ਅੰਡਰ ਆਉਂਦੀ ਹੈ। ਪਰ ਉਹ ਜਾਂਦੇ ਜਾਂਦੇ ਇੱਕ ਥੋੜੇ ਸ਼ਬਦ ਵਰਤਦੇ ਆ ਵੀ ਸੈਂਟੈਂਸ ਰਿਵਿਊ ਦੇ ਕੋਲ ਇਹ ਫਾਈਲ ਪਈ ਹੈ ਵਿੱਚ ਦੀ, ਥੋੜਾ ਥੋੜਾ ਦੱਸਦੇ ਵੀ ਹੈ, ਇਹਦੇ ਬਾਰੇ ਖੁੱਲ੍ਹ ਕੇ ਦੱਸੋ ਵੀ ਉਹ ਕਹਿਣਾ ਕੀ ਚਾਹੁੰਦੇ, ਅਸਲ ਵਿੱਚ ਹੈ ਕੀ ਹੈ? ਦੇਖੋ ਜੀ, ਉਹ ਜਿਹੜੀ ਗੱਲ ਅਸੀਂ ਪਿਛਲੇ ਲਗਭਗ 1.5-2 ਮਹੀਨੇ ਤੋਂ ਕਹਿ ਰਹੇ ਹਾਂ, ਉਹ ਅੱਧੀ ਅਧੂਰੀ ਉਹਨੇ ਅਸੈਪਟ ਕੀਤੀ ਆ, ਸਾਰੀ ਅਸੈਪਟ ਕਰਨ ਨੂੰ ਅਜੇ ਉਹਦਾ ਮਨ ਨਹੀਂ ਮੰਨਦਾ, ਪਤਾ ਨਹੀਂ ਕਿਹੜੀ ਰਾਜਨੀਤੀ ਦੇ ਤਹਿਤ। ਸੋ ਜਿਹੜੀ ਸੈਂਟੈਂਸ ਰਿਵਿਊ ਬੋਰਡ ਆ, ਉਹ ਪਹਿਲੀ ਵਾਰ ਕਿਸੇ ਆਮ ਆਦਮੀ ਪਾਰਟੀ ਵਾਲੇ ਦੇ ਮੂੰਹੋਂ ਸੁਣਿਆ, ਜਿਹਨੇ ਮੰਨਿਆ ਵੀ ਹਾਂ ਇਹ ਸੈਂਟੈਂਸ ਰਿਵਿਊ ਬੋਰਡ ਨੇ ਕਰਨਾ ਹੈਗਾ। ਸੋ ਸਭ ਤੋਂ ਪਹਿਲਾਂ ਤਾਂ ਉਹ ਇਹ ਦੱਸਣ ਜਿਹੜੇ ਉਹਨਾਂ ਦਾ ਫੇਸ CM ਵਾਲਾ ਭਗਵੰਤ ਮਾਨ LG ਕੁੱਕੀ ਜਾ ਰਿਹਾ ਸੀ ਵੀ LG ਕੋ ਸੈਂਟਰ ਗੌਰਮੈਂਟ ਦੇ ਕੋਲ ਕਰਨਾ ਜੀ, ਤੇ ਗਗਨ ਅਨਮੋਲ ਨੇ ਵੀ ਬਿਆਨ ਉੱਧਰ ਪੱਤਰਕਾਰਾਂ ਨਾਲ ਉਲਝਦਿਆਂ ਕਿਹਾ LG ਨੇ ਕਰਨਾ ਜੀ, ਸਾਡੇ ਵੱਸ ਨਹੀਂ ਹੈਗਾ ਜੀ ਕੁਛ। ਹੋਰ ਵੀ ਇਹਨਾਂ ਦੇ ਕਈ ਬੰਦਿਆਂ ਨੇ LG ਦਾ ਰੌਲਾ ਪਾਇਆ। ਸੋ ਉਹਦੇ ਤਹਿਤ ਜਦੋਂ ਇਹਨਾਂ ਨੇ LG ਕਿਹਾ, ਮੈਂ LG ਨੂੰ ਵੀ ਈਮੇਲ ਪਾ ਚੁੱਕਿਆ ਹੈਗਾ ਵੀ ਇਹ ਦੱਸਿਆ ਜਾਵੇ ਵੀ ਇਹ ਤੁਹਾਡਾ ਨਾਂ ਲਾ ਰਹੇ LG ਸਾਹਿਬ, ਤੇ ਤੁਸੀਂ ਦੱਸੋ ਵੀ ਤੁਹਾਡੇ ਕੋਲ ਕਿਸ ਸਟੇਜ ਦੇ ਉੱਤੇ ਫਾਈਲ ਆ। ਫਿਲਹਾਲ ਕੋਈ ਉਹਨਾਂ ਦਾ LG ਵੱਲੋਂ, ਆਫਿਸ ਵੱਲੋਂ, ਸੈਕਟਰੀਏਟ ਵੱਲੋਂ ਕੋਈ ਵੀ ਜਵਾਬ ਨਹੀਂ ਆਇਆ। ਪਰ ਇਹਨਾਂ ਨੇ ਸੈਂਟੈਂਸ ਰਿਵਿਊ ਬੋਰਡ ਬਾਰੇ ਜਿਹੜਾ ਅੱਧਾ ਅਧੂਰਾ ਅਸੈਪਟੈਂਸ ਕੀਤੀ ਆ ਤੇ ਅੱਧਾ ਝੂਠ ਬੋਲਿਆ। ਸੋ ਤੁਸੀਂ ਕਹੋ ਤੇ ਮੈਂ ਉਹ ਦੱਸ ਦਿੰਦਾ ਵੀ ਇਹਨੇ ਕਿੰਨਾ ਕੁ ਝੂਠ ਬੋਲਿਆ, ਕਿੰਨਾ ਕੁ ਸੱਚ ਬੋਲਿਆ। ਨਹੀਂ ਬਿਲਕੁਲ ਜੀ ਬਿਲਕੁਲ, ਇਹ ਸੱਚ ਦੱਸੋ ਵੀ ਹੈ ਵੀ ਇਹ ਸੈਂਟੈਂਸ ਰਿਵਿਊ ਕੋਲ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਕੰਪੋਜੀਸ਼ਨ ਹੈਗੀ ਆ ਉਹਦਾ ਚੇਅਰਮੈਨ ਹੋਮ ਮਿਨਿਸਟਰ ਹੁੰਦਾ ਜਿਹੜਾ ਦਿੱਲੀ ਦਾ। ਸੋ ਇਸ ਟਾਈਮ ਹੋਮ ਮਿਨਿਸਟਰ ਸਤਿੰਦਰ ਜੈਨ ਆ, ਤੇ ਜਿਹੜੀ ਲਾਸਟ ਜਿਸ ਭੁੱਲਰ ਸਾਹਿਬ ਦੀ
ਰਿਜੈਕਟ ਕੀਤੀ ਗਈ ਸੀਗੀ 11 ਦਸੰਬਰ 2020, ਉਹਦੇ ਡਾਕੂਮੈਂਟ ਸਾਡੇ ਕੋਲ ਆ। ਉਹ ਪ੍ਰੋਸੀਡਿੰਗ ਸਾਰੀ ਜਿਹੜੀ 200 ਪੇਜ ਦੀ ਹੈਗੀ ਆ, ਉਹਦੇ ਮੁਤਾਬਕ ਜਿਹੜੀ ਕੰਪੋਜੀਸ਼ਨ ਹੈਗੀ ਆ ਸੈਂਟੈਂਸ ਰਿਵਿਊ ਬੋਰਡ ਦੀ, ਉਹਦੇ 7 ਮੈਂਬਰ ਆ ਇਨਕਲੂਡਿੰਗ ਚੇਅਰਮੈਨ। ਚੇਅਰਮੈਨ ਜਿਹੜਾ ਹੈਗਾ ਉਹ ਹੋਮ ਮਿਨਿਸਟਰ ਆ ਸਤਿੰਦਰ ਜੈਨ, ਤੇ ਉਹਦੇ ਵਿੱਚ ਇੱਕ ਸੈਸ਼ਨ ਜੱਜ ਦਿੱਲੀ ਹੈੱਡਕੁਆਰਟਰ ਦਾ ਨੁਮਾਇੰਦਾ ਅਡੀਸ਼ਨਲ ਸੈਸ਼ਨ ਜੱਜ ਸੀ, ਜਾਂ ਸੈਸ਼ਨ ਜੱਜ ਆ ਸਕਦਾ ਜਾਂ ਆਪਣਾ ਕੋਈ ਨੁਮਾਇੰਦਾ ਭੇਜ ਸਕਦਾ। ਸੋ ਇੱਕ ਨੁਮਾਇੰਦਾ ਉਹਦੇ ਵਿੱਚ ਦਿੱਲੀ ਪੁਲਿਸ ਦਾ DCP ਜਿਹੜਾ ਉਹ ਆ, ਸਿਰਫ ਇੱਕੋ ਹੀ ਨੁਮਾਇੰਦਾ ਸੈਂਟਰ ਗੌਰਮੈਂਟ ਦਾ ਜਿਹੜਾ DCP ਦਾ, ਜਦੋਂ ਇਹ ਕਹਿੰਦੇ ਆ ਵੀ ਇਹ ਲਾ ਐਂਡ ਆਰਡਰ ਪੁਲਿਸ ਜਿਹੜੀ ਆ ਉਹ ਸੈਂਟਰ ਗੌਰਮੈਂਟ ਦੇ ਅੰਡਰ ਹੈਗੀ ਆ, ਉਹ ਗੱਲ ਠੀਕ ਆ, ਉਹਦੇ ਅੰਡਰ ਆ। ਪਰ ਜਿਹੜਾ ਸੈਂਟੈਂਸ ਰਿਵਿਊ ਬੋਰਡ ਆ, ਕੈਦੀਆਂ ਦੀ ਉਮਰ, ਕੈਦੀਆਂ ਦੀ ਸਜ਼ਾ ਘਟਾਉਣੀ ਜਾਂ ਰਿਹਾ ਕਰਨ ਦਾ ਜਿਹੜਾ ਮਸਲਾ, ਉਹ NCT ਜਿਹੜੀ ਨੈਸ਼ਨਲ ਕੈਪੀਟਲ ਟੈਰੀਟਰੀ ਆ, ਉਹ ਦਿੱਲੀ ਦੀ ਸਰਕਾਰ ਜਿਹੜਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪ ਆ, ਉਹਦੀ ਸਰਕਾਰ ਦੇ ਵਿੱਚ ਸਿੱਧੇ ਰੂਪ ਦੇ ਵਿੱਚ 5 ਨੁਮਾਇੰਦੇ ਆ। ਇੱਕ ਚੇਅਰਮੈਨ ਸਤਿੰਦਰ ਜੈਨ ਹੋਮ ਮਿਨਿਸਟਰ ਆ, ਇੱਕ ਸੋਸ਼ਲ ਵੈਲਫੇਅਰ ਅਫਸਰ ਆ ਉਹ ਵੀ NCT ਦਾ ਹੈਗਾ, ਇੱਕ ਸੈਕਟਰੀ ਹੈਗਾ ਹੋਮ ਸੈਕਟਰੀ, ਇੱਕ ਪ੍ਰਿੰਸੀਪਲ ਸੈਕਟਰੀ ਹੈਗਾ, ਤੇ ਸਿਰਫ ਉਹਦੇ ਵਿੱਚ 5 ਮੈਂਬਰ ਜਿਹੜੇ 5 ਮੈਂਬਰ ਆ ਉਹ ਸਮੇਤ ਚੇਅਰਮੈਨ NCT ਗੌਰਮੈਂਟ ਦੇ ਹੈਗੇ ਆ, ਤੇ 2 ਮੈਂਬਰ ਜਿਹੜੇ NCT ਤੁਸੀਂ 5 ਮੈਂਬਰਾਂ ਦੀ ਗਿਣਤੀ, ਤੁਸੀਂ 5 ਮੈਂਬਰਾਂ ਵਿੱਚ ਬਹੁਤਾਤ ਗਿਣਤੀ ਸਰਕਾਰੀ ਹੈ ਜਿਹੜੇ ਦਿੱਲੀ ਸਰਕਾਰ ਦੇ ਅੰਡਰ ਆਉਂਦੇ ਉਹ ਹੈ ਜਾਂ ਕੇਂਦਰ ਸਰਕਾਰ ਵਾਲੇ ਅੰਦਰ ਉਹ ਆਉਂਦੇ? ਇਨਕਲੂਡਿੰਗ ਚੇਅਰਮੈਨ ਸਰ, ਜੇ ਚੇਅਰਮੈਨ ਕਹਿ ਰਿਹਾ ਬੰਦੇ ਨੂੰ ਛੱਡਣਾ ਤੇ ਉਹਦੀ ਮੰਨੀ ਜਾਣੀ ਹੈ ਜਾਂ ਇੱਕ ਮੈਂਬਰ ਦੀ ਮੰਨੀ ਜਾਣੀ ਹੈ? ਇਹ ਤਾਂ ਆਮ ਬੰਦਿਆਂ ਜਿਹੜਾ ਪੜ੍ਹਿਆ ਲਿਖਿਆ ਉਹਨੂੰ ਪਤਾ ਵੀ ਜਿਹੜੀ ਮੀਟਿੰਗ ਨੂੰ ਪ੍ਰਜ਼ਾਈਡ ਓਵਰ ਜਿਹੜਾ ਚੇਅਰਮੈਨ ਕਰ ਰਿਹਾ, ਜੇ ਉਹ ਰਿਕਮੈਂਡ ਕਰ ਰਿਹਾ ਕਿਸੇ ਕੰਮ ਨੂੰ, ਉਹ ਮੰਨਿਆ ਜਾਣਾ? ਚਲੋ ਉਹ ਨੀ ਮੰਨਿਆ ਜਾਣਾ। ਜੇ ਬਹੁ ਗਿਣਤੀ ਦੇਖੀ ਹੈ ਤੇ 5 ਜਿਹੜੇ ਮੈਂਬਰ ਆ ਸਮੇਤ ਚੇਅਰਮੈਨ ਜੇ ਇੱਕ ਪਾਸੇ ਹੋ ਜਾਣ, ਤੇ ਸੈਸ਼ਨ ਜੱਜ ਤੇ ਦਿੱਲੀ ਪੁਲਿਸ ਇੱਕ ਪਾਸੇ ਹੋ ਜਾਵੇ 2 ਨੁਮਾਇੰਦੇ, ਕੀ ਉਹਨਾਂ ਦੀ ਚੱਲੂਗੀ ਜਾਂ 5 ਮੈਂਬਰਾਂ ਦੀ ਚੱਲੂਗੀ? ਸੋ ਇਹ ਤਾਂ ਆਮ ਜਿਹੜਾ ਬੰਦਾ ਉਹਨੂੰ ਵੀ ਪਤਾ ਵੀ ਚੇਅਰਮੈਨ ਜਿਹੜਾ ਜੇ ਕੋਈ ਰਿਕਮੈਂਡ ਕਰੇ। ਸੋ ਦੂਸਰੇ ਪਾਸੇ ਜਿਹੜੀ ਗੱਲ ਹੈਗੀ ਆ ਵੀ ਦਿੱਲੀ ਪੁਲਿਸ ਦੀ ਕਿੰਨੀ ਕੁ ਜਿਹੜੀ ਭਾਗੀਦਾਰੀ ਆ, ਦਿੱਲੀ ਪੁਲਿਸ ਕਿਸੇ ਵੀ ਜਿਹੜੀ ਮੈਂ ਤੁਹਾਨੂੰ ਕੋਈ ਵੀ ਮੇਰੇ ਕੋਲ ਸੈਂਟੈਂਸ ਰਿਵਿਊ ਬੋਰਡ ਜਿਹੜਾ 11 ਦਸੰਬਰ 2020 ਨੂੰ ਸੀ ਉਹਦੀ ਪ੍ਰੋਸੀਡਿੰਗ ਮੇਰੇ ਕੋਲ ਮੰਗ ਸਕਦਾ, ਮੈਂ ਦੇ ਦੇਣਾ। ਉਹਦੇ ਤੁਸੀਂ ਦੇਖੋ ਵੀ ਜਿਹੜੇ ਰਿਹਾਈ ਦੇ ਕੇਸ ਰਿਕਮੈਂਡ ਕੀਤੇ ਆ ਸੈਂਟੈਂਸ ਰਿਵਿਊ ਬੋਰਡ ਨੇ, ਉਹਦੇ ਵਿੱਚ ਕਿਸੇ ਨੇ ਵੀ ਦਿੱਲੀ ਕਿਸੇ ਵੀ ਕੇਸ ਦੀ ਰਿਹਾਈ ਦੀ ਰਿਕਮੈਂਡ ਜਿਹੜੀ ਆ ਉਹ ਦਿੱਲੀ ਪੁਲਿਸ ਨੇ ਨਹੀਂ ਕੀਤੀ। ਸੋ ਦਿੱਲੀ ਪੁਲਿਸ ਨੇ ਕਦੀ ਵੀ ਕਿਸੇ ਦੀ ਰਿਹਾਈ ਦੀ ਪੁਲਿਸ ਜਿਹੜੀ ਰਿਕਮੈਂਡੇਸ਼ਨ ਨਾ ਕੀਤੀ ਆ ਨਾ ਕਰਨੀ ਉਹਨਾਂ ਨੇ। ਜੇ ਕੋਈ ਨੇ ਕਿਹੜੇ ਧਿਆਨ ਚ ਵੀ ਦਿੱਲੀ ਪੁਲਿਸ ਨੇ ਕੀਤੀ ਹੋਵੇ ਤਾਂ ਮੈਨੂੰ ਦੱਸ ਦਿਓ। ਜਿਹੜੀ ਪ੍ਰੋਸੀਡਿੰਗ ਮੇਰੇ ਕੋਲ ਆ ਉਹ ਮੈਂ ਸਾਰੀ ਇੱਕ ਇੱਕ ਬੰਦਿਆਂ ਦੀ ਲਗਭਗ 250-300 ਬੰਦਿਆਂ ਦੀ ਉਹਦੇ ਚ ਪ੍ਰੋਸੀਡਿੰਗ ਆ, ਜਿਹਦੇ ਚ ਕੁਛ ਬੰਦਿਆਂ ਦੀ ਜਿਹਨਾਂ ਦੀ ਰਿਕਮੈਂਡ ਹੋਈ ਆ, ਉਹਦੇ ਚ ਕਈ ਜਗ੍ਹਾ ਦੇ ਉੱਤੇ ਦਿੱਲੀ ਪੁਲਿਸ ਨੇ ਅਪੋਜ ਕੀਤਾ ਹੈਗਾ, ਕਈ ਜਗ੍ਹਾ ਤੇ ਸਟਰੋਂਗਲੀ ਅਪੋਜ ਜਿਹੜਾ ਲਿਖਿਆ ਹੋਇਆ। ਸੋ ਉਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ, ਉਹ ਸਿਰਫ ਉਹਦੇ ਵਿੱਚ ਇੱਕ ਨੁਮਾਇੰਦੇ ਆ, ਤੇ ਸਾਰਾ ਜਿਹੜਾ ਭਾਰ ਆ ਜਾਂ ਜ਼ਿੰਮੇਵਾਰੀ ਆ ਉਹ ਸੈਂਟੈਂਸ ਰੂ ਦੀ NCT ਦਿੱਲੀ ਸਰਕਾਰ ਆ, ਜਿਹੜਾ ਮੁੱਖ ਮੰਤਰੀ ਕੇਜਰੀਵਾਲ ਆ, ਤੇ ਜਿਹੜਾ ਹੋਮ ਮਿਨਿਸਟਰ ਚੇਅਰਮੈਨ ਆ ਸਤਿੰਦਰ ਜੈਨ ਜੀ। ਜਿਹੜੀ ਗੱਲ ਅਗਲੀ ਗੱਲ ਵੀ ਜੀ ਮੈਂ ਪੂਰੀ ਕਰ ਦਵਾਂ। ਅਗਲੀ ਗੱਲ ਉਹਨਾਂ ਨੇ ਇਹ ਗੱਲ ਕਹਿਤੀ ਵੀ ਇਹ LG ਨੇ ਫਾਈਨਲ ਨਿਰਣੇ ਲੈਣਾ, ਫਾਈਨਲ ਨਿਰਣੇ ਨੀ ਲੈਣਾ, ਉਹਨਾਂ ਨੇ ਸਾਈਨ ਕਰਨੇ ਆ। ਜਿਹੜੀ ਵੀ ਕੈਦੀ ਦੀ ਰਿਹਾਈ ਸੈਂਟੈਂਸ ਰਿਵਿਊ ਬੋਰਡ ਨੇ ਰਿਕਮੈਂਡ ਕਰਤੀ ਉਹ ਹੀ ਫਾਈਲ LG ਕੋਲ ਜਾਣੀ ਆ, LG ਨੇ ਉਹਦੇ ਉੱਤੇ ਸਾਈਨ ਕਰ ਦੇਣੇ ਆ, ਉਹ ਉਹਨੂੰ ਨਾ ਨਹੀਂ ਕਰਦਾ ਆਮ ਹਾਲਤਾਂ ਦੇ ਵਿੱਚ। ਤੇ ਜਿਹੜੀ ਕੈਦੀ ਦੀ ਇਹਨਾਂ ਨੇ ਰਿਕਮੈਂਡ ਨਹੀਂ ਕਰਨੀ ਉਹ ਫਾਈਲ ਕਦੀ ਵੀ LG ਦੇ ਸਾਈਨਾਂ ਵਾਸਤੇ ਨਹੀਂ ਜਾਣੀ। LG ਫਾਈਨਲ ਸਾਈਨਾਂ ਵਾਸਤੇ ਆ, ਉਹ ਨਾ ਨਹੀਂ ਕਰ ਸਕਦਾ। ਤੇ ਭੁੱਲਰ ਸਾਹਿਬ ਦੇ ਸੰਬੰਧ ਤਾਂ ਜੇ ਇਹ ਆਪਣੇ ਵੱਲੋਂ ਰਿਕਮੈਂਡ ਕਰਕੇ LG ਨੂੰ ਭੇਜਣ, ਅਸੀਂ ਆਪਣੀਆਂ ਤੋਪਾਂ ਦਾ ਮੂੰਹ LG ਵੱਲ ਨੂੰ ਕਰ ਲਾਂਗੇ, ਇਹਦੇ ਵੱਲੋਂ ਹਟਾ ਲਾਂਗੇ। ਸੋ ਇਹਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਅਸੀਂ ਪਿਛਲੇ 50-60 ਦਿਨਾਂ ਤੋਂ ਕਹਿ ਰਹੇ ਹਾਂ ਉਹ ਅੱਜ ਬੋਲਿਆ ਹੈਗਾ। ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੇ ਕੋਈ ਮਿਹਰ ਕੀਤੀ, ਇਹ ਗੂੰਗੇ ਦੇ ਮੂੰਹ ਉੱਤੇ ਛੜੀ ਰੱਖੀ ਆ, ਕੋਈ ਇੰਨਾ ਕੁ ਬੋਲ ਸਕਿਆ ਇਹ। ਸੋ ਬਾਕੀ ਰਹਿੰਦਾ ਵੀ ਜਿਹੜਾ ਸੱਚ ਬੋਲੇ, ਤੇ ਸੈਂਟੈਂਸ ਰਿਵਿਊ ਬੋਰਡ ਆਪਣੇ ਚੇਅਰਮੈਨ ਜਿਹੜਾ ਇਹਦੇ ਅਧੀਨ ਮੰਤਰੀ ਆ ਇਹ ਸਤਿੰਦਰ ਜੈਨ, ਉਹਨੂੰ ਕਵੇ ਵੀ ਤੁਰੰਤ ਇਸ ਕੇਸ ਨੂੰ ਰਿਕਮੈਂਡ ਕਰਕੇ LG ਨੂੰ ਭੇਜ ਦਿਓ, ਅਸੀਂ ਆਪਣੀਆਂ ਜਿਹੜੀਆਂ ਤੋਪਾਂ ਦਾ ਮੂੰਹ ਜਿਹੜਾ LG ਵੱਲ ਨੂੰ ਕਰ ਲਾਂਗੇ।
अच्छा जेड़ा हुण अज बोलना इन्हां दा काफी दिन हाँ जी तुसी 60 दिन की गल कर रहे हो, अज बोलना दा मतलब की है जी, जेड़ा वो अज बोले? देखो ये देखो ये मतलब तो इन्हां नूं या असीं तां संगतां जिहड़ियां हैगियां ओह दिनों दिन दबाव वधी रहा, सो उस दबाव दे नतीजा हैगा संगतां दीआं अरदासां दे सदका हैगा पिंडां पिंडां च इन्हां दे कैंडीडेटां कोलों सवाल जवाब कर रहे आ। सो वह तो देखो वोट लड़न वाली पार्टी जी है उन्हें अपनी वोटा भी बचाया, हो सकता उन्होंने यदा डर तय हो साडियां वोटा टुट रही। सो उन्होंने एम एल ए कैंडीडेटा का भी धन्यवाद जिन्होंने यह आवाज पहुंचाई भी हाँ भाई करो कुछ नहीं तो तुम सरकार बनाने फिर इसी का जमानता जब्त तो होने फिर। सो वो लोगों का प्यार आ जित सब सिखा ने खास तौर पर बाकी धर्मां दे मुसलमान हिंदू सारे तरह के लोगों ने जिहड़ा गल जी प्रेशर बनिया है ते बोलना पिया जिथे तुरंत एक्शन लैके नैक्सट वीक ही वर्किंग डेट है भावा परसों सोमवार की मीटिंग सद के रिकमेंडेशन कर दे असी फिर जो अपना जेड़ा अगला साड़ी लड़ाई आ एल जी वालू हो जूगी कि समा लेंदा सैन कराने जो नहीं सैन करूगा। ਤੁਸੀਂ ਕੀ ਉਮੀਦ ਰੱਖਦੇ ਹੋ ਜੇਕਰ ਇਹ 2-4 ਦਿਨ ਦੇ ਵਿੱਚ ਸਿਗਨੇਚਰ ਹੋ ਜਾਂਦੇ ਆ ਤਾਂ ਭੁੱਲਰ ਸਾਹਿਬ ਦੀ ਰਿਹਾਈ ਤੁਰੰਤ ਹੋ ਸਕਦੀ ਹੈ ਜੀ? ਦੇਖੋ ਜੀ ਜਿੱਦਣ ਸੈਂਟੈਂਸ ਰਿਵਿਊ ਨੇ ਬੋਰਡ ਨੇ ਪਾਸ ਕਰਤਾ ਉਸ ਤੋਂ ਉਹ ਨੈਕਸਟ ਡੇ ਜਾਂ ਸੇਮ ਡੇ ਜਿਹੜੀ ਫਾਈਲ ਆ ਉਹ ਚਲੀ ਜਾਣੀ ਆ ਐਲ ਜੀ ਕੋ ਤੇ ਐਲ ਜੀ ਜਿੱਦਣ ਸੈਂਡ ਕਰ ਦੂਗਾ ਉੱਥੋਂ ਆਰਡਰ ਜਿਹੜੇ ਹੈਗੇ ਆ ਉਹ ਸੈਂਟਰਲ ਜੇਲ ਅੰਮ੍ਰਿਤਸਰ ਨੂੰ ਪਹੁੰਚ ਜਾਣੇ ਆ, ਜਿੱਦਣ ਉਹਨਾਂ ਕੋਲ ਆਰਡਰ ਪਹੁੰਚ ਜਾਣੇ ਆ ਉਦਣ ਫਿਰ ਭੁੱਲਰ ਸਾਹਿਬ ਦੀ ਰਿਹਾਈ ਹੋ ਜਾਣੀ ਆ। ਪ੍ਰੋਸੈਸ ਤਾਂ ਵੱਧ ਤੋਂ ਵੱਧ ਵੀ ਨੈਕਸਟ ਵੀਕ ਦਾ ਪ੍ਰੋਸੈਸ ਆ ਜੇ ਕਰਨਾ ਚਾਹੁਣ ਤਾਂ, ਜੇ ਨਹੀਂ ਕਰਨਾ ਫਿਰ ਕਹਿ ਸਕਦੇ ਜੀ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਨਹੀਂ ਹੋਈ। ਅਸੀਂ ਇਹ ਕਹਿ ਸਕਦੇ ਵੀ ਜਿਹੜਾ ਕੇਜਰੀਵਾਲ ਸਾਹਿਬ ਨੇ ਬੋਲਿਆ ਅੱਧਾ ਝੂਠ ਤੇ ਅੱਧਾ ਸੱਚ ਬੋਲਿਆ, ਕਿਉਂਕਿ ਕੁਛ ਜਿਹੜੇ ਇਹਨਾਂ ਦੇ ਇੱਥੋਂ ਦੇ ਐਮ ਐਲ ਏ ਜਾਂ ਕੁਛ ਇਹਨਾਂ ਦੇ ਲੀਡਰ ਉਹ ਪਹਿਲੇ ਕਹਿ ਰਹੇ ਸੀ ਐਲ ਜੀ ਕੋਲ ਫਾਈਲ ਪਈ ਆ, ਐਲ ਜੀ ਕੋਲ ਫਾਈਲ ਪਈ ਆ ਜਾਂ ਕੁਛ ਇੱਕ ਤੁਸੀਂ ਆਪਣੇ ਜਿਹੜੇ ਅੰਧ ਭਗਤ ਹੁੰਦੇ ਆ ਉਹਨਾਂ ਨਾਲ ਏਦਾਂ ਹੀ ਮਾੜੀ ਹੋਈ ਹੁੰਦੀ ਆ। ਮੋਦੀ ਦੇ ਅੰਧ ਭਗਤਾਂ ਨੇ ਕਿਸਾਨਾਂ ਦੇ ਖਿਲਾਫ਼ ਕਿੰਨਾ ਕੁਛ ਕੁਫਰ ਧੋਲਿਆ ਗੰਦ ਪੱਕਿਆ ਤੇ ਮੋਦੀ ਨੇ ਉਹ ਰਿਹਾਈ ਆਪਣੇ ਕਾਨੂੰਨ ਵਾਪਸ ਲੈ ਲਏ, ਉਹ ਵਿਚਾਰੇ ਦੇਖਦੇ ਰਹਿ ਗਏ। ਏਦਾਂ ਹੀ ਕੇਜਰੀਵਾਲ ਦੇ ਅੰਧ ਭਗਤਾਂ ਨੇ ਅੱਤ ਚੁੱਕੀ ਹੋਈ ਵੀ ਨਹੀਂ ਜੀ ਕੇਜਰੀਵਾਲ ਦੇ ਵੱਸ ਕੁਛ ਨੀ, ਹੁਣ ਉਹ ਆਪ ਮੰਨ ਗਿਆ ਵੀ ਸੈਂਟੈਂਸ ਰਿਵਿਊ ਬੋਰਡ ਜਿਹੜੀ ਗੱਲ ਅਸੀਂ ਪਿਛਲੇ ਮਹੀਨੇ ਤੋਂ ਵੱਧ ਸਮੇਂ ਤੋਂ ਕਹਿ ਰਹੇ ਹਾਂ ਸ਼ੁਰੂ ਤੋਂ ਹੀ 10 ਦਸੰਬਰ ਤੋਂ ਹੀ, ਉਹ ਗੱਲ ਇਹ ਆਪ ਮੰਨ ਗਿਆ। ਹੁਣ ਅੰਧ ਭਗਤ ਵਿਚਾਰੇ ਟੱਕਰ ਮਾਰਨਗੇ ਵੀ ਇਹਦਾ ਸਾਨੂੰ ਹੀ ਪਸਾ ਗਿਆ ਤੇ ਹੁਣ ਸੈਂਟੈਂਸ ਰਿਵਿਊ ਬੋਰਡ ਵਾਲੇ ਜ਼ਰੂਰ ਉਹ ਅੱਧਾ ਸੱਟ ਦੇ ਅੱਧਾ ਝੂਠ ਬੋਲ ਗਿਆ, ਉਹਨੂੰ ਇਹ ਵੀ ਦੱਸਣਾ ਚਾਹੀਦਾ ਵੀ ਹੁਣ ਸੈਂਟੈਂਸ ਰਿਵਿਊ ਬੋਰਡ ਦਾ ਚੇਅਰਮੈਨ ਕੌਣ ਆ ਤੇ ਕਿਹਦੇ ਥੱਲੇ ਆ ਤੇ ਉਹ 'ਚ ਵੱਧ ਮੈਂਬਰ ਕਿਹਦੇ ਹੈ ਅਤੇ ਚੇਅਰਮੈਨ ਕੌਣ ਆ, ਸੋ ਉਹ ਵੀ ਦੱਸ ਦਿੰਦਾ ਤੇ ਅੰਧ ਭਗਤਾਂ ਦੀਆਂ ਚੰਗੀ ਤਰ੍ਹਾਂ ਅੱਖਾਂ ਖੁੱਲ ਜਾਂਦੀਆਂ। ਤੁਹਾਡਾ ਬਹੁਤ ਧੰਨਵਾਦ ਜੀ, ਪੰਜਾਬੀ ਲੋਕ ਚੈਨਲ ਨਾਲ ਗੱਲ ਕਰਨ ਲਈ।